ਆਬ ਖਟਿਕਾ ਵਿਖੇ ਸਥਿਤ ਪੰਜਾਬ ਦੇ ਸਿਹਤ ਵਿਭਾਗ ਤੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਦੌਰਾ ਕੀਤਾ ਅਤੇ ਇੱਥੋਂ ਦੀ ਕਾਰਜਸ਼ੈਲੀ ਦੀ ਸਮੀਖਿਆ ਕੀਤੀ। ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਵੀ ਉਹਨਾਂ ਦੇ ਨਾਲ ਸਨ। ਵਿਧਾਇਕ ਡਾਕਟਰ ਅਜੇ ਗੁਪਤਾ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਵਿੱਚ ਬਿਹਤਰ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ। ਇਸ ਮੌਕੇ ਤੇ ਡਾਕਟਰ ਰਸ਼ਮੀ ਵਿੱਚ ਆਸ਼ੂ ਨਾਹਰ ਡਾਕਟਰ ਪਰਵੀਨ ਨਾਰੰਗ ਵੀ ਮੌਜੂਦ ਸਨ। ਸੋ ਮੈਂ ਆਇਆ ਇੱਥੇ ਇਸ ਕਰਕੇ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੀ ਸੈਂਟਰ ਕੌਂਸਟੀਚੁਐਂਸੀ ਦੇ ਵਿੱਚ ਸਿਚੁਏਟਿਡ ਹੈ ਔਰ ਦੂਸਰੀ ਗੱਲ ਹੈ ਕਿ ਇਸ ਹਸਪੀਟਲ ਦਾ ਅਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਬੈਨੀਫਿਟ ਦੇ ਸਕਦੇ ਹਾਂ। ਇੱਕ ਬੰਨੇ ਅਸੀਂ ਗੱਲ ਕਰਦੇ ਹਾਂ ਮੁਹੱਲਾ ਕਲੀਨਿਕਸ ਦੀ, ਉਹ ਤਾਂ ਅਸੀਂ ਬਣਾਉਣੀਆਂ ਹੀ ਹੈ, ਪਰ ਇਹ ਜਿਹੜੀਆਂ PHC ਨੇ ਪ੍ਰਾਇਮਰੀ ਹੈਲਥ ਕੇਅਰ ਪ੍ਰਾਇਮਰੀ ਹੈਲਥ ਸੈਂਟਰਸ, ਉਹ ਪ੍ਰਾਇਮਰੀ ਹੈਲਥ ਸੈਂਟਰ ਦੇ ਤਹਿਤ ਮੈਂ ਜਿੰਨੀਆਂ ਮੇਰੀ ਕੌਂਸਟੀਚੁਐਂਸੀ ਦੇ ਵਿੱਚ PHC ਹੈਗੀਆਂ ਜਾਂ ਡਿਸਪੈਂਸਰੀਜ਼ ਹੈਗੀਆਂ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤਾਂ ਕਿ ਜੇ ਅਸੀਂ ਲੋਕਾਂ ਨੂੰ ਸਿਹਤ ਦੇ ਦਿੰਦੇ, ਅੱਛੀ ਸਿਹਤ ਦੇ ਦਿੰਦੇ ਹਾਂ ਫਰੀ ਆਫ ਕੋਸਟ, ਅੱਛੀ ਐਜੂਕੇਸ਼ਨ ਦੇ ਦਿੰਦੇ ਹਾਂ ਫਰੀ ਆਫ ਕੋਸਟ, ਤਾਂ ਮੈਂ ਸਮਝਦਾ ਕਿ ਅਸੀਂ ਕਾਫੀ ਹੱਦ ਤੱਕ ਲੋਕਾਂ ਨੂੰ ਰਾਹਤ ਪਹੁੰਚਾਵਾਂਗੇ।